والسلام. صدق عليه وعلى آبائه. في هذه الساعة وفي كل ساعة وليا وحافظا قائدا ونصرا دليلا وعينا حتى تسكنه أرضك مطوا وتمتعه فيها طويلا. رب محمد وآل محمد وعجل فرجهم مخرجا. اپنی بھی دعاواں دی قبولیت واسطے بلند صلوات دعا ہے مالک کائنات بانیانی مجلس پروفیسر صاحب میرے عزیز زیشان علامہ صاحب دے بیٹے علامہ صاحب دے دوست باقی جڑے جڑے لحاظ دی جڑے جڑے بھائی نے اس پاک مشن وچ حاضری دیتی مولا انہوں نے اجر کثیر عطا اور علامہ صاحب دے بچیاں دی مولا زندگی دا نام فرماوے بچیاں دے نیک نصیب بناوے اور انہوں نے قبر نو مولا منور فرماوے اور جناب مظلوم حسین بلکہ شہدائے کربلا دالا انہوں نے سایہ نصیب فرماوے تو سارے عزت والے مومنین مومنات سادات غیر سادات دا دربار عالی چٹور آیا مالک قبول کوئی تھے ذاکری مناوان والی بات ہی نہیں حاضری ہے جتنے ذاکرین تشریف لائن یا آ رہے ہیں سارے اندھے شکر گزار ہیں مولانا دے سفر بے خطر فرما اللہ تعالیٰ مست Thank you.
ਤੁਹਾਨੂੰ ਖਾਬ ਸੁਣਾਵਾਂ ਆਬਾਦ ਰਹੋ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ ਮਾਸ਼ਾਅੱਲਾ ਖੁਦਾ ਤੁਹਾਨੂੰ ਆਬਾਦ ਰੱਖੇ ਖਾਬ ਰਾਣਾ ਸਾਹਿਬ ਅੱਲਾ ਤੁਹਾਨੂੰ ਤੁਹਾਡੇ ਘਰ ਸ਼ਿਫਾ ਦੇਵੇ ਫੁੱਲ ਸਾਈਂ ਦੇ ਘਰ ਮੌਲਾ ਸ਼ਿਫਾ ਤਾ ਫਰਮਾਵੇ ਖਾਬ ਤੇ ਬੰਦਿਆਂ ਨੂੰ ਆਉਂਦੇ ਨੇ ਮਾਸ਼ਾਅੱਲਾ ਆਉਂਦੇ ਨੇ ਨਾ ਕਹੇ ਨੂੰ ਕੋਈ ਖਾਬ ਤੇ ਕਹੇ ਨੂੰ ਕੋਈ ਖਾਬ ਇਹ ਜਿਹੜੇ ਤਾਰਿਕ ਭਾਈ ਮਾਸ਼ਾਅੱਲਾ ਇਹ ਜਿਹੜੇ ਇਹ ਖਾਬ ਆਉਂਦੇ ਨਾ ਵੀ ਮਲੂਮ ਹੁੰਦਾ ਮੈਂ ਰਾਤੀ ਮੈਨੂੰ ਕਈ ਬਲਾਂ ਪਈ ਖੰਦੀ ਆਈ ਅਤੇ ਕੋਈ ਆਦਾ ਮਲੂਮ ਹੁੰਦਾ ਮੈਂ ਮੋਇਆ ਪੀਆ ਮੂੰ ਅਤੇ ਰੱਬੀ ਮੇਰੀ ਅੱਖ ਖੁੱਲ ਗਈ ਕੋਈ ਕੋਈ ਤਾਂ ਇਹ ਸਾਰੇ ਖਾਬ ਖਿਆਲ ਹੁੰਦੇ ਨੇ ਅਤੇ ਜਿਹੜੇ ਖਾਬ ਦੀ ਨਿਸਬਤ ਆਲੇ ਮੁਹੰਮਦ ਨਾਲ ਹੋਵੇ ਸਾਰੇ ਬੋਲੋ ਹੈਦਰੀ ਹਾਂਜੀ ਤਾਂ ਉਹ ਫਿਰ ਉਸ ਖਾਬ ਉਹ ਖਾਬ ਹੱਕ ਹੁੰਦਾ ਹੈ ਔਰ ਸੱਚ ਹੁੰਦਾ ਮੀਰ ਸਾਹਿਬ ਅੱਲਾ ਤੁਹਾਨੂੰ ਜ਼ਿੰਦਗੀ ਦੇਵੇ ਸਾਡੇ ਬੜੇ ਪਿਆਰੇ ਦੋਸਤ ਵੀ ਹਨ ਵੱਡੇ ਭਾਈ ਵੀ ਹਨ ਬੜਾ ਸਫ਼ਰ ਕਰਕੇ ਮੁਲਕਾਂ ਦਾ ਸਫ਼ਰ ਕਰਕੇ ਤਸ਼ ਇਹ ਦੋਸਤੀ ਦਾ ਹੱਕ ਹੁੰਦਾ ਮੌਲਾ ਅਜਰ ਦੇਵੇ ਲਾਲਾ ਮੌਲਾ ਸਾਰਿਆਂ ਨੂੰ ਅਜਰ ਦੇਵੇ ਜਿਹੜੇ ਤਸ਼ਰੀਫ ਲਾਇਆ ਹੋ ਮੈਂ ਖਾਬ ਡਿੱਠਾ ਹੈ ਖਾਬ ਡਿੱਠਾ ਉਹ ਖਾਬ ਮੈਂ ਡਿੱਠਾ ਹੈ ਜੋ ਦੋ ਘੋੜੇ ਆਪਸ ਵਿੱਚ ਗੁਫ਼ਤਗੂ ਕਰ ਰਹੇ ਦੋ ਘੋੜੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਮੈਂ ਫਿਰ ਉਹਨਾਂ ਦੀਆਂ ਬਾ ਮੁਖਤਾਰ ਸਾਈਂ ਜਾਫਰੀ ਸਾਹਿਬ ਮੈਂ ਉਹਨਾਂ ਦੀਆਂ ਫਿਰ ਗੱਲਾਂ ਸੁਣੀਆਂ ਘੋੜਿਆਂ ਦੀਆਂ ਉਹ ਮੈਂ ਤੁਹਾਨੂੰ ਵੀ ਸੁਣਾਊਂ ਅਤੇ ਲਾਲੇ ਨੂੰ ਵੀ ਸੁਣਾਊਂ ਨੁਸਰਤ ਅੱਬਾਸ ਨੂੰ ਚਾਂਡੀਓ ਸਾਹਿਬ ਨੂੰ ਇਹਨ ਜੋੜ ਕੇ ਬੰਨ ਲਾ ਅਤੇ ਮੁੜ ਬਾਹਰ ਆਓ ਤੈਨੂੰ ਖਾਬ ਸੁਣਾਓ ਤੁਹਾਨੂੰ ਪਤਾ ਲੱਗਵੇ ਸੀ ਵੀ ਕਿਹੜੇ ਕਿਹੜੇ ਘੋੜਿਆਂ ਦੀ ਸ਼ਾਹ ਗੱਲ ਖੜਕ ਰਹੇ ਲਾਲ ਤੁਹਾਨੂੰ ਖਾਬ ਸੁਣਾਵਾਂ ਹੱਥ ਵੱਜ ਕੇ ਤੁਹਾਨੂੰ ਖਾਬ ਚੜਾਵਾਂ 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 ਬੜਾ ਵਜ਼ਨ ਮੇਰੇ ਇਸ ਖਾਬ ਦਾ ਹੈ ਇਹ ਖਾਬ ਅਸ਼ਲ ਦਿਲ ਖਾਬ ਦਾ ਹੈ ਤਨ ਖਾਬ ਚੜਾ ਆਵਾਜ਼ ਰੋ ਉਜੋ ਬੋਲੋ ਹੈ ਦਰੀ ਮਿਹਰਬਾਨੀ ਮੌਲਾ ਤੁਹਾਨੂੰ ਬਸ ਜਿਵੇਂ ਰਾਣਾ ਸਾਹਿਬ ਇਹ ਖਾਬ ਅਸ਼ਲ ਤੇ ਉਕਾਬ ਦਾ ਹੈ ਜਿਹੜੇ ਬੰਦੇ ਹੈਰਾਨ ਹੋਏ ਬੈਠੇ ਹੋ ਉਹ ਭਾਊ ਇਹ ਦੋ ਘੋੜੇ ਨੇ ਇੱਕ ਦਾ ਨਾਮ ਅਸ਼ਲ ਹੈ ਅਤੇ ਇੱਕ ਦਾ ਨਾਮ ਜਿਹੜਾ ਅਸ਼ਲ ਘੋੜਾ ਹੈ ਇਹ ਮੌਲਾ ਹਜ਼ਰਤ ਗਾਜ਼ੀ ਅੱਬਾਸ ਦਾ ਹੈ ਅਤੇ ਜਿਹੜਾ ਉਕਾਬ ਘੋੜਾ ਹੈ ਇਹ ਸਾਡੇ ਨਬੀ ਪਾਕ ਦਾ ਹੈ ਜਿਹੜਾ ਅਸ਼ਲ ਹੈ ਇਹ ਦੋ ਰਕਾਬਾ ਘੋੜਾ ਹੈ ਇਹ ਅਰਬ ਦਾ ਮਸ਼ਹੂਰ ਤਰੀਨ ਘੋੜਾ ਹੈ ਇਹ ਮੌਲਾ ਹਜ਼ਰਤ ਗਾਜ਼ੀ ਅੱਬਾਸ ਦੀ ਸਵਾਰੀ ਹੈ ਇਹਦਾ ਨਾਮ ਅਸ਼ਲ ਹੈ ਇਸ ਅਸ਼ਲ ਦੀ ਵਫਾਤ ਮੈਂ ਪੜ੍ਹੀਏ ਸ਼ਾਮ ਸ਼ਹਿਰ ਵਿੱਚ ਦੌਰਾਨ ਮਸਹਿਬ ਪੜ੍ਹਦਾ ਹੋਣਾ ਇਹ ਅਸ਼ਲ ਹੈ ਅਤੇ ਜਿਹੜਾ ਉਕਾਬ ਹੈ ਇਹ ਸਾਡੇ ਨਬੀ ਪਾਕ ਦਾ ਘੋੜਾ ਹੈ ਇਹਦਾ ਨਾਂ ਉਕਾਬ ਹੈ ਇਹਦੀ ਉਮਰ ਹੈ 120 ਸਾਲ ਇਹ ਬਗੈਰ ਮਾਂ ਪਿਓ ਦੇ ਅੱਲਾ ਦੇ ਅਮਰ ਨਾਲ ਖਲਕੋ ਹੈ ਆਬਾਦ ਰਹੋ ਨਾਰੇ ਦਾ ਸਾਰੇ ਜਵਾਬ ਦੇ ਉਹ ਹੈ ਦਰੀ ਖੁਦਾ ਤੁਹਾਨੂੰ ਆਬਾਦ ਰੱਖੇ ਹੁਣ ਅਸ਼ਲ ਤੇ ਉਕਾਬ ਆਪਸ ਵਿੱਚ ਗੱਲਾਂ ਕਰ ਰਹੇ ਮੈਂ ਜੋ ਚਸ਼ਮ ਦੀ ਗਵਾਂ ਹਾਂ ਪਹਿਲੇ ਅਸ਼ਲ ਬੋਲਿਆ ਆਈ ਨੌਕਰੀ ਰਾਸ
سبحان اللہ اچا بولو حیدری بڑا چنگا ساؤنڈ ہے ساؤنڈ بڑا چنگا ہے مگر جلو میں زور لینا اس لیے مسم مہینہ ہے یہ تو انہوں جندے چ رکھ جندے چ میں دو گھوڑیاں دی گفتگو کھڑا پڑدا پہلے شل گولیا اینا گر را دے میری زین تے بیٹھا آیا دیا با دے گھٹ میں بھی کوئی نہیں کتا نازوں کا بے میں نے رج کے ویکھیا اکبر دا شبابے بولو حیدری اللہ تو مہربانی سائیں مہربانی سائیں اگلا شعر پڑھتا ہوں بس ہی کئی سطر پڑھنی ہے ہوں میں ڈٹھا ہے جیڑا اشل ہے یہ مولا عباس کا گھوڑا اشل کئی بلا کھمدا بیٹھا ہے چلو منہ ہلائی رکھ کے سنی بھی رکھ ہوں جیڑا اشل ہے اے اکاب گھوڑے دے سامنے اشل سر جھکایا او ساکے آسا تیرے نوکر ہیں مرتجز ہوئے دل دل ہوئے میں ہوں اسا سارے تیرے نوکر تو جو سید الانبیاء دی سواری ہیں مجال گئی ہے نوکر سرداراں دے سامنے اپنے فضائل تا نہیں پڑھ دے مگر میرا دل لے میں چاہنا تیرے سامنے او ہک دو اپنیاں فضیلتاں عظمتاں ضرور پڑھا جے محسوس نہ کریں اکابہ دیساؤں بسم اللہ تاشالہ دے میرے سامنے دیوے رحمت دے بلے میری زندگی گزری علما دے تلے ہاتھ اچھے کرو سارے رل کے بالا ہے دری ماشاءاللہ بسم اللہ مہربانی محرم جمعہ دا ڈی ڈپارا دا ویلا کربلا دا جنگل دے زخمی حسین آباد رہو آباد رہو خدا تو نوکر یو ول پڑھ دینا دوپارا دا ویلا کربلا دی تتیرے تائی اتے زہرا دا چنگ بے کیا دا لوگو میں غریب ہائے ہائے جنہیں فضائل نانا پڑھدا تھکدا نہیں جنہیں فضیلتاں زمانہ بھولا نہیں نہ سکدا ایتے جوڑ نہیں جو حسین ہوئے تے نال لفظ غریب لگے لالا جی میر صاحب میں نے امام حسین دی قسم سوچ کے یہ کیا ہے کیوں ادن لوگ حسین غریب حسین جڑا بندہ زندگی چ نہیں رونا ایک باری جھولی پھیلا حسین دی غریبی دی جڑی منو سمجھ آئی ہے دھی حسین دے حسین وانگ بے کفن ہوئی ہے رسیاں لائے نہ سگیا رسیاں نال ہی دفن ہوئے دھی حسین آباد رہو نوکر
जवानी नसीब होवी धी हुसैन दे हुसैन वांग बे कफन होए है रसिया लाए न सगिया रतिया लाले दवन होए इंदी रोल गई कै दिन होल गई इंदी रोल गई कै दिन होल गई मिट्टिया बिच रोल गई तस्वीर हुसैन दे नौकरों इंदी रोल गए कैदन होल गए इंदी रोल गए बस मेरा टाइम खत्म हो गया है शाह साहब दी मेहरबानी है फिर मुख्तार शाह साहब दी बाकी तमाम जाकरीन दी मैं नियाज मन्ना मेरा दिल में एक वेंट सुना दे 2019 आई 2000 सन 2019 दी मैं मस्जिद जम करान बैठा हूँ बुध जुमारात दी रात दुआए तवसल बढ़ी है उस शौक ते गया जो चलो मैं मस्जिद भी और दुआ भी शमूलियत भी गुनागार लोग आए और फिर मैं मौल साहब ने दुआ तवसल पढ़ी मजलिस पढ़ी उन्होंने बाद एक जाकिर ईरान का जाकिर जिन्हें सर ते अमामा कोई ना ही गल रुमाल हाई मैं पता लग गया आफाक जीवें मौला तो होर रंग लावे पता लग गया जो ये मजलूम का जाकिर मैं 6-7 साल दर्स पढ़िया मैनू फारसी दी मैं बोल थोड़ा लेना समझ सारा लेना ते क्या आदा खड़ा है बड़ी खुशी हुई मजलूम दा जाकिर है ते ईरान दा जाकिर है चलो मैं सुन लवा क्या पढ़दा है सैन मासूमा पढ़दे हैं उस जुमला आख्या कुरान दी कसम लगदा ही मस्जिद हल गई है या ईरान दे हजारा मातमिया ईरान दे जवान जिन्हां दे इन चेहरियां नूं अमार जिवें इत्थों मैं खून डिठाई खून इतना उन्हें मातम किया केड़े लफ्ज से बस उन्हें यह लफ्ज आख्या हुसैन दी धी बाबे नाल गल्लां ते ढेर की दियां जिन्ना उन्हें जदा बाबे दसा रहे इस गल ते जलजला हो गई आई ईरान दादा गिर पिया दाई बाबे दा मुंह चुमकिया दिए बाबा मेरे हर दुख दा मेरी मां भी चश्मदीद गवाए मेरा सजाद भी जान दे मेरिया फुफिया भी जान दियां बाबा मेनू तेरे अकबर दी कसम एक दुखे जेड़ा ना मैं अम्मा नू दसा है ना मैं ना भिरा नू दसा है ना मैं फुफिया नू दसा है बाबा मैं इस इंतजार च जदा बाबा मिलना सी मैं बाबे नू जरूर दसेगा शबीर दा सर तड़प गया है दस मासूमा केड़ा जुल्मे ही उठी बैठी आ दिए बाबा तेनू पई दसे नी आईना शामिया दे हाथ बहु भार है बाबा की खोल वेख मेरा चेहरा गवाह है आबाद रहो नौकरां भला होवी सैयद राजी होवी बस मैं लंबा पड़ गया मैं इस मजलिस से अदा तू लेके नजफ अशरफ तक अपनी रिवायत जिम्मेदार हां अब्बास अल्लाह अलामा साहब तुहानू जिंदगी देवे मैं गवाही पिया देना पूरी तहकीक नाल पिया पढ़दा हुसैन दी धी जेड़ा जिंदगी च आखरी दफा बोली ते जेने बाद वत नहीं बोली ओ जेड़ा आखरी बोली है या गल कीती है बाबा ते 57 साल जिंदगी च कदी 4 साल दी बुढ़ी निठी आई हुसैन दे नहीं आ दिया अखी खोल मैं डोडेक मेरे 4 साल च सर दे अल्लमान अल्लमान इस वैन दे बाद धी हुसैन दी मर गई जमीन हल्ली है अली दिया धिया दे वाल खुल गए पत्थर दा तिले ते काबू कर बै बाखर दौड़े बाबे दा दामन लटका दे बाबा वेख मेरी फुफी दे लब हल्ले पैन ओ मुल्तान आलिया सजाद भेर दे मुंह नाल कन लावे दादी पईए शिमरा न जाने दर्दा मार को लुकावे नौकारा भला होगी नौकारा शिमर न जाए जिंदा फेर दैयत कनिया ले हथा ते जाके सजा जिंदा विचू बहर आए अगू कुछ शामी हसते खड़े आए हे खरामी हकल मारी है कह दी अज तो रात वधी होई आई कमरी झुकी होई आई पुरानी जई चादर दे तले क्या छाई वदा है अंदा दार शहल गया है मातम कर गया दाए मैं गरीब ते वतन हकड़ी है पाई वदा 4 साल अदीस
ضعیف بھیڑ دی وجہ ہے لوگوں میرے کندھے کندھڑ والی مر گئی یار دا صدقے صدا سلامت رہے